वाहिगुरु जी का खालसा, वाहिगुरु जी की फतेह। शेख ब्रह्म ने सतगुरां दे अगे बेनती कीती कि जीव आउंदा जांदा जमदा मरदा क्यों है। सतगुरु चल रही लड़ीवार कथा विचार पावन गुरबाणी आसा जी दी वार दे विच कृपा करके दस रहे हन। सलोक महला पहला, हौ विच आया हौ विच गया। इस लोक दे विच जीव होमें दे करके ही आया है ते जदों परलोक विच गवन करदा है उदों अनेक पदार्थां दी हौ हंगता नाल लैके गया है। देह अध्यास विच परपक होके संसार तों चला जांदा है। हौ विच जम्मिया हौ विच मोआ, सो इउं होमे करके ही शरीर विच जमदा है, होमे विच ही मरदा है। भाव इस तरह होमे विच बजे होण करके जन्म मरण दा गेड़ बनिया ही रहिंदा है। हौ विच दित्ता हौ विच लया, होमे विच ही किसे नूं पदार्थ दिंदा है ते होमे विच ही दूसरियां तों पदार्थ खो लैंदा है। हौ विच खटिया हौ विच गया, होमे विच ही खटी नूं खटिया खटदा है, होमे विच ही सारा खटिया निसफल चला गया भाव घाटा पा लैंदा है। हौ विच सचियार कूड़ियार, होमे विच ही अपने आप नूं सचियार कीए सच्चाई वाला बनदा ते जे कूड़ियार झूठ बोलण वाला हो जावे तां वी होमे विच ही हुंदा। हौ विच पाप पुन विचार, होमे विच ही जीव पाप पुन अशुभ ते शुभ भाव बुराई ते नेकी दी विचार निर्णय करदा है। हौ विच नरक सुरग अवतार, होमे विच ही किते पुन्ना अनुसार स्वर्ग दे विच जन्म धारदा है, भाव देव पदवी नूं पा लैंदा है ते पाप कर्मा अनुसार नरकी जीव बन जाता है। हौ विच हसै हौ विच रोवै, होमे विच ही हसै खुश हुंदा है, खिड़ खड़ा के हसदा, मैनू पदार्थ मिल गया है, मैं इतना अमीर हाँ, इस तरह करके बड़ा खुश हुंदा है। होमे विच हसदा है, मारे कहिंदे होमे विच ही रोंदा है जदों पदार्थ चलिया जाता है। हौ विच भरीऐ हौ विच धोवै, जदों औगणा नाल अपने आप नूं जीव भर लैंदा है तां वी होमे विच ही हुंदा, पर जदों कहिंदा कि मैं इतना पुन इतने तीर्थां ते इशनान कर ले सारे औगण धो ले, इह वी होमे विच ही हुंदा है। हौ विच जाति जिनसी खोवै, जदों इह जीव ब्राह्मण खत्री वै शूद्र जात दे जिनस हाथी घोड़ियां अनाज आदि दे माण विच हुंदा तां वी होमे विच ही हुंदा, पर जदों इह जात ते जिनस भाव पदार्थ चले गए उन्हां दा खोणा भाव गवाउणा वी होमे विच ही आ। होमे दी जाति विच ही नाम रूपी जिनसी जिनस भाव सौदे नूं खो बैठदा है। हौ विच मूरख हौ विच सियाणा, जिहड़ा अपने आप नूं मूरख बेसमझ बणदा है ਉਹ ਵੀ ਹੋਮੇ ਵਿੱਚ ਹੀ ਹੈ ਅਤੇ ਜਿਹੜਾ ਆਪਣੇ ਆਪ ਨੂੰ ਸਿਆਣਾ ਚਤਰ ਬਣਦਾ ਹੈ ਉਹ ਵੀ ਹੋਮੇ ਵਿੱਚ ਹੀ ਆ। ਮੋਖ ਮੁਕਤ ਕੀ ਸਾਰ ਨ ਜਾਣਾ, ਹੋਮੇ ਵਿੱਚ ਬੰਨਿਆ ਜੀਵ ਚਾਰ ਪ੍ਰਕਾਰ ਦੀਆਂ ਜੋ ਮੁਕਤੀਆਂ ਸਲੋਕ ਸਮੀਪ ਸਰੂਪ ਸਯੁਜ ਮੁਕਤੀਆਂ ਦੀ ਵੀ ਸਾਰ ਖਬਰ ਨਹੀਂ ਜਾਣਦਾ ਅਤੇ ਨਾ ਹੀ ਪਰਮੇਸ਼ੁਰ ਵਿੱਚ ਅਭੇਦ ਹੋਣ ਵਾਲੀ ਕੇਵਲ ਮੁਕਤੀ ਦੀ ਖਬਰ ਨੂੰ ਜਾਣਦਾ ਹੈ। ਹੌ ਵਿੱਚ ਮਾਇਆ ਹੌ ਵਿੱਚ ਛਾਇਆ, ਹੋਮੇ ਦੇ ਵਿੱਚ ਹੀ ਮਾਇਆ ਛਲ ਕਰਦੀ ਹੈ ਅਤੇ ਹੋਮੇ ਹੰਗਤਾ ਦੇ ਵਿੱਚ ਹੀ ਛਾਇਆ ਅਵਿੱਦਿਆ ਆ ਕੇ ਚਿੰਬੜੀ ਹੈ। ਜੋ ਮਾਇਆ ਵਿੱਚ ਚੇਤਨ ਦਾ ਪ੍ਰਤੀਬਿੰਬ ਪੈ ਰਿਹਾ ਇਹ ਈਸ਼ਰ ਪੁਣਾ ਵੀ ਹੋਮੇ ਦੇ ਵਿੱਚ ਹੀ ਹੈ। ਜੋ ਛਾਇਆ ਅਵਿੱਦਿਆ ਦੇ ਵਿੱਚ ਚੇਤਨ ਦਾ ਪ੍ਰਤੀਬਿੰਬ ਪੈ ਰਿਹਾ ਉਹ ਜੀਵ ਹੈ, ਇਹ ਵੀ ਹੋਮੇ ਦੇ ਵਿੱਚ ਹੀ ਹੈ। ਜੀਵ ਨੂੰ ਅਵਿੱਦਿਆ ਪਈ ਹੋਈ ਹੈ ਅਤੇ ਈਸ਼ਰ ਮਾਇਆ ਸਬਲ ਹੈ, ਐਸਾ ਕਥਨ ਕਰਨਾ ਵੀ ਹੋਮੇ ਵਿੱਚ ਹੀ ਹੈ। ਫਿਰ ਪ੍ਰਸ਼ਨ ਸੀ, ਹੇ ਸਤਿਗੁਰੂ ਜੀ, ਬ੍ਰਹਮ ਤਾਂ ਇੱਕ ਹੈ, ਫਿਰ ਇਹ ਜੀਵ ਭਾਵ ਕਿਉਂ ਪੈਦਾ ਹੋ ਗਿਆ?
ਸਤਿਗੁਰੂ ਫਰਮਾਉਂਦੇ ਆ ਹਉਮੈ ਕਰ ਕਰ ਜੰਤ ਉਪਾਇਆ। ਹੇ ਸ਼ੇਖ ਬ੍ਰਹਮ ਜੀ, ਹੰਗਤਾ ਦੀ ਕਿਰਿਆ ਕਰ ਹੱਥਾਂ ਦੇ ਨਾਲ ਕਰਨੇ ਕਰਕੇ ਜੀਵ ਨੇ ਜੀਵਪੁਣਾ ਪੈਦਾ ਕਰ ਲਿਆ, ਭਾਵ ਇਹ ਜੀਵ ਤਾਂ ਹੀ ਪੈਦਾ ਹੋਇਆ ਹੰਗਤਾ ਦੀ ਕਮਾਈ ਕਰਨੇ ਕਰਕੇ ਜੀਵਾਂ ਨੂੰ ਜੂਨਾਂ ਵਿੱਚ ਉਪਾਇਆ ਪੈਦਾ ਕੀਤਾ ਜਾਂਦਾ ਹੈ। ਇਸ ਪ੍ਰਕਾਰ ਜੀਵਾਂ ਦਾ ਆਉਣਾ ਜਾਣਾ ਬਣ ਗਿਆ ਹੈ। ਜੀਵਾਂ ਦੇ ਜਨਮ ਲੈ ਕੇ ਮੁੜ ਮੁੜ ਹਉਮੈ ਕਰਦੇ ਰਹਿਣ ਕਰਕੇ ਹੀ ਮੁੜ ਮੁੜ ਪੈਦਾ ਕੀਤਾ ਜਾਂਦਾ ਹੈ। ਵਾਸਤੂ ਵਿੱਚ ਬ੍ਰਹਮ ਤੋਂ ਬਿਨਾਂ ਜੀਵ ਕੋਈ ਚੀਜ਼ ਨਹੀਂ ਹੈ। ਹਉਮੈ ਬੂਝੈ ਤਾ ਦਰ ਸੂਝੈ। ਜੇਕਰ ਜੀਵ ਦੇ ਅੰਦਰੋਂ ਨਾਮ ਰੂਪੀ ਜਲ ਦੇ ਨਾਲ ਜਾਂ ਨਿਮਰਤਾ ਰੂਪੀ ਜਲ ਦੇ ਨਾਲ ਹੰਗਤਾ ਦੀ ਅੱਗ ਬੁੱਝ ਜਾਵੇ, ਸ਼ਾਂਤ ਹੋ ਜਾਵੇ, ਤਾਂ ਪਰਮੇਸ਼ਰ ਦੇ ਦਰ ਦਰਬਾਰ ਦਾ ਦਰਵਾਜ਼ਾ ਸੁੱਝ ਜਾਂਦਾ ਦਿਸ ਆਉਂਦਾ ਹੈ। ਗਿਆਨ ਵਿਹੂਣਾ ਕਥ ਕਥ ਲੂਝੈ। ਜੋ ਜੀਵ ਸੁੱਖ ਸਰੂਪ ਦੇ ਗਿਆਨ ਤੋਂ ਵਿਹੂਣਾ ਬਿਨਾਂ ਐਵੇਂ ਕਥੀਆਂ ਹੋਈਆਂ ਕਥਾਵਾਂ ਨੂੰ ਹੀ ਆਖ ਕਰਕੇ ਮਾਇਆ ਜਾਂ ਪਦਾਰਥਾਂ ਵਾਸਤੇ ਲੂਝੈ ਝਗੜਦਾ ਰਹਿੰਦਾ ਹੈ। ਨਾਨਕ ਹੁਕਮੀ ਲਿਖੀ ਹੈ ਲੇਖ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੁਕਮੀ ਅਕਾਲ ਪੁਰਖ ਨੇ ਹਉਮੈ ਵਾਲੇ ਸਾਰੇ ਜੀਵਾਂ ਦੇ ਮਸਤਕ ਦੇ ਉੱਤੇ ਜੰਮਣ ਮਰਨ ਦਾ ਲੇਖ ਭਾਗ ਲਿਖ ਦਿੱਤਾ ਹੈ, ਜਿਸ ਕਰਕੇ ਹਉਮੈ ਵਾਲੇ ਜੀਵ ਆਵਾਗਮਨ ਵਿੱਚ ਹੀ ਪਏ ਰਹਿੰਦੇ ਹਨ। ਜਿਹਾ ਵੇਖੈ ਤਿਹਾ ਵੇਖ। ਜਿਹੋ ਜਿਹਾ ਜੀਵ ਕਿਸੇ ਨੂੰ ਵੈਰ ਭਾਵ ਨਾਲ ਵੇਖਦਾ ਹੈ, ਉਹੋ ਜਿਹਾ ਦੂਸਰਾ ਵੀ ਵੈਰ ਭਾਵ ਨਾਲ ਵੇਖਦਾ। ਜੇ ਕਿਸੇ ਨੂੰ ਪ੍ਰੇਮ ਨਾਲ ਵੇਖਦਾ ਹੈ ਤਾਂ ਉਹੋ ਜਿਹਾ ਦੂਸਰਾ ਵੀ ਪ੍ਰੇਮ ਨਾਲ ਵੇਖਦਾ। ਜੇ ਇਹ ਜੀਵ ਜਿਹੋ ਜਿਹਾ ਆਪ ਨੂੰ ਸੁਖੀ ਵੇਖਣਾ ਚਾਹੁੰਦਾ, ਉਹੋ ਜਿਹਾ ਦੂਸਰਿਆਂ ਨੂੰ ਵੀ ਸੁਖੀ ਵੇਖਣਾ ਕਰ। ਜਿਹੋ ਜਿਹਾ ਤੂੰ ਆਪਣੇ ਆਪ ਨੂੰ ਵੇਖਦਾ ਹੈ, ਉਹੋ ਜਿਹਾ ਸਾਰੇ ਸੰਸਾਰ ਵਿੱਚ ਵੇਖਣਾ ਕਰ, ਕਿਉਂਕਿ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਇੱਕੋ ਪਰਮੇਸ਼ਰ ਹੀ ਵੱਸਦਾ ਹੈ। ਮਹੱਲਾ ਦੂਜਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਸ ਸਿੱਖਾਂ ਨੇ ਖਡੂਰ ਸਾਹਿਬ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੇਖ ਬ੍ਰਹਮ ਨਾਲ ਹਉਮੈ ਦੀ ਬਾਬਤ ਬਚਨ ਕਥਨ ਕੀਤੇ ਹਨ, ਆਪ ਜੀ ਕਿਰਪਾ ਕਰੋ ਦੱਸੋ। ਸੋ ਨੋਟ ਵਾਸਤੇ ਅਰਥ ਕਰਨ ਵੇਲੇ ਪਹਿਲਾਂ ਤੀਸਰੀ ਪੰਕਤੀ ਦੇ ਅਰਥ ਕਰੋ। ਗੁਰਸਿੱਖਾਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤੇ, ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਇਹ ਹਉਮੈ ਹੰਗਤਾ ਕਿਸ ਥਾਂ ਤੋਂ ਸਤਿਗੁਰੂ ਜੀ ਪੈਦਾ ਹੁੰਦੀ ਆ ਅਤੇ ਕਿਸ ਸੰਜਮ ਯਤਨ ਸਾਧਨ ਨਾਲ ਇਹ ਜਾਂਦੀ ਆ, ਭਾਵ ਇਸ ਦਾ ਨਾਸ ਇਹ ਨਿਵਿਰਤ ਕਿਵੇਂ ਹੁੰਦੀ ਆ। ਫਿਰ ਪ੍ਰਸ਼ਨ ਸੀ, ਹੇ ਸਤਿਗੁਰੂ ਜੀ, ਹਉਮੈ ਕਿੱਥੋਂ ਪੈਦਾ ਹੁੰਦੀ ਆ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਹੇ ਗੁਰਸਿੱਖੋ, ਹੰਗਤਾ ਦੀ ਇਹੋ ਜਾਤ ਉਤਪਤੀ ਹੈ, ਹੰਗਤਾ ਦੇ ਸਹਿਤ ਕਰਮਾਂ ਨੂੰ ਕਮਾਉਣਾ ਹੈ। ਜਦੋਂ ਹੰਗਤਾ ਦੇ ਸਹਿਤ ਜੀਵ ਕਰਮ ਕਰਦਾ, ਕੋਈ ਵੀ ਕੰਮ ਕਰੇ, ਉਦੋਂ ਹਉਮੈ ਪੈਦਾ ਹੁੰਦੀ ਆ। ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਹਉਮੈ ਦੇ ਕੀ ਬੰਧਨ ਹਨ। ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਤਾਂ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਆ, ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ। ਹੇ ਗੁਰਸਿੱਖੋ, ਹੰਗਤਾ ਦੇ ਏਈ ਭਾਵ ਇਹੀ ਬੰਨਣ ਹਨ, ਜਿਹੜਾ ਜੀਵ ਨੂੰ ਫਿਰ ਫਿਰ ਮੁੜ ਮੁੜ ਕੇ ਜੂਨਾਂ ਵਿੱਚ ਪਾਹੇ ਪਾਇਆ ਜਾਂਦਾ ਹੈ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਇਸ ਪੰਕਤੀ ਦੇ ਅਰਥ ਪਹਿਲਾਂ ਹੋ ਚੁੱਕੇ ਆ, ਆਪਾਂ ਪਿੱਛੇ ਕਰ ਆਏ ਹਾਂ ਕਿ ਇਸ ਸਾਧਨ ਨਾਲ ਹਉਮੈ ਜਾਂਦੀ ਹੈ, ਇਸ ਦਾ ਉੱਤਰ ਅਖੀਰ ਵਿੱਚ ਦੇਣਗੇ। ਫਿਰ ਪ੍ਰਸ਼ਨ ਸੀ, ਹੇ ਸਤਿਗੁਰੂ ਜੀ, ਹਉਮੈ ਦਾ ਹੁਕਮ ਕੀ ਹੈ? ਤਾਂ ਸਤਿਗੁਰੂ ਗੁਰ ਉੱਤਰ ਰਾਹੀਂ ਬਖਸ਼ਿਸ਼ ਕਰਦੇ ਆ, ਹਉਮੈ ਇਹੋ ਹੁਕਮ ਹੈ ਪਇਐ ਕਿਰਤ ਫਿਰ ਫਿਰਾਹੇ। ਸੋ ਇਸ ਨੂੰ ਪਾਠਾਂ ਦਾ ਵੀ ਖਿਆਲ ਰੱਖਣਾ ਹੈ, ਹਉਮੈ ਇਹੋ ਹੁਕਮ ਹੈ। ਇਸ ਨੂੰ ਪਈਆ ਵੀ ਪੜ੍ਹ ਜਾਂਦੇ, ਕਈ ਪਾਇਆ ਪੜ੍ਹ ਜਾਂਦੇ, ਪਰ ਇੱਥੇ ਪੱਪਾ ਮੁਕਤਾ ਈੜੀ ਨੂੰ ਸਿਹਾਰੀ ਹੈ ਅਤੇ ਐੜੇ ਨੂੰ ਦੁਲਾਵਾਂ ਹਨ। ਪਇਐ ਜਿਵੇਂ ਅਸੀਂ ਸੁਣਿਆ ਪੜ੍ਹਦੇ ਹਾਂ। ਹੇ ਗੁਰਸਿੱਖੋ, ਹੰਗਤਾ ਦਾ ਇਹੋ ਹੁਕਮ ਫੁਰਮਾਨ ਹੈ, ਜੋ ਜੀਵ ਨੇ ਹੰਗਤਾ ਸਹਿਤ ਕਰਮ ਕੀਤੇ ਹਨ ਉਹਨਾਂ ਕਰਮਾਂ ਅਨੁਸਾਰ ਹੀ ਜੀਵ ਜੂਨਾਂ ਵਿੱਚ ਪਏ ਫਿਰਾਹੇ ਕਹੀਏ ਫਿਰਦੇ ਆ। ਹਉਮੈ ਵਾਲਿਆਂ ਜੀਵਾਂ 'ਤੇ ਪਰਮੇਸ਼ਰ ਦਾ ਇਹ ਹੁਕਮ ਫੁਰਮਾਨ ਹੈ
ਜੋ ਆਪਣੀ ਹੰਗਤਾ ਅਨੁਸਾਰ ਕਿਰਤ ਕੀਤੀ ਹੈ ਉਸ ਅਨੁਸਾਰ ਜੂਨਾਂ ਵਿੱਚ ਪਏ ਭਾਵ ਪਏ ਫਿਰੋ। ਫਿਰ ਪ੍ਰਸ਼ਨ ਕੀਤਾ, ਹੇ ਸਤਿਗੁਰੂ ਜੀ, ਹਉਮੈ ਕਿਹੋ ਜਿਹੀ ਵਸਤੂ ਹੈ? ਇਸ ਦੀ ਕੋਈ ਦਵਾ ਵੀ ਹੈ ਜਾਂ ਨਹੀਂ? ਸਤਿਗੁਰੂ ਕਿਰਪਾ ਕਰਕੇ ਦੱਸ ਰਹੇ ਆ, ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ। ਹੇ ਗੁਰਸਿੱਖੋ, ਹੰਗਤਾ ਇੱਕ ਦੀਰਘ ਹੁੰਦਾ ਵੱਡਾ ਰੋਗ ਹੈ, ਕੁਸ਼ਟ ਰੋਗ ਹੈ, ਅਤੇ ਇਸ ਦੀ ਦਾਰੂ ਦਵਾ ਵੀ ਇਸ ਦੇ ਮਾਹੇ ਕਹੀਏ ਵਿੱਚ ਹੀ ਹੈ। ਭਾਵ ਜੋ ਆਪਣੇ ਆਪ ਨੂੰ ਅਪਣੱਤ ਮਿਟਾ ਕੇ, ਹਉਮੈ ਹੰਗਤਾ ਮਿਟਾ ਕੇ ਸਵੈ ਸਰੂਪ ਦੀ ਹੰਗਤਾ ਹੈ, ਇਹ ਦਾਰੂ ਹੈ। ਅਰਥਾਤ ਹੰਗਤਾ ਇੱਕ ਚੇਤਨ ਦੇ ਆਸਰੇ ਅਤੇ ਇੱਕ ਜੜ ਦੇ ਆਸਰੇ ਹੈ। ਜੋ ਚੇਤਨ ਦੇ ਆਸਰੇ ਹੈ ਇਹ ਤਾਂ ਹੰਗਤਾ ਮਮਤਾ ਤੋਂ ਰਹਿਤ ਹੈ, ਭਾਵ ਸ਼ੁੱਧ ਹੰਗਤਾ ਹੈ ਜੋ ਜੰਮਣ ਮਰਨ ਤੋਂ ਮੇਟਣ ਵਾਲੀ ਹੈ। ਮਲਣ ਹੰਗਤਾ ਜੋ ਜੜ ਪਦਾਰਥਾਂ ਦੇ ਆਸਰੇ ਹੈ, ਇਹ ਜੰਮਣ ਮਰਨ ਦੇਣ ਵਾਲੀ ਹੈ, ਇਸ ਕਰਕੇ ਇਸ ਨੂੰ ਤਿਆਗਣਾ ਕਰੀਏ। ਅਗਲੀਆਂ ਤੁਕਾਂ ਵਿੱਚ ਹਉਮੈ ਦੀ ਦਾਰੂ ਕਥਨ ਕੀਤੀ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹੇ ਗੁਰਸਿੱਖੋ, ਜੇਕਰ ਵਾਹਿਗੁਰੂ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਜੀਵ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤਾਂ ਇਹ ਜੀਵ ਸਤਿਗੁਰਾਂ ਦਾ ਸ਼ਬਦ ਉਪਦੇਸ਼ ਕਮਾਉਂਦਾ ਹੈ। ਗੁਰੂ ਸਾਹਿਬ ਜੀ ਦਾ ਸ਼ਬਦ ਕਮਾ ਕੇ ਹੀ ਹਉਮੈ ਤੋਂ ਛੁੱਟਦਾ ਹੈ। ਕਿਸ ਯਤਨ ਨਾਲ ਹਉਮੈ ਦੀ ਨਿਵਿਰਤੀ ਹੁੰਦੀ ਆ, ਇਸ ਪ੍ਰਸ਼ਨ ਦਾ ਉੱਤਰ ਹੈ। ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁੱਖ ਜਾਹੇ। ਸਤਿਗੁਰੂ ਜੀ ਕਹਿ ਤੋਂ ਭਾਵ ਕਥਨ ਕਰਦੇ ਹਨ, ਕਹਿੰਦੇ ਹਨ ਕਿ ਹੇ ਜਨੋ, ਭਗਤ ਜਨੋ, ਗੁਰਸਿੱਖੋ, ਸਰਵਣ ਕਰੋ। ਇਤ ਭਾਵ ਇਸ ਸੰਜਮ ਯਤਨ ਭਾਵ ਸਾਧਨ ਦੇ ਕਰਨੇ ਕਰਕੇ ਹਉਮੈ ਦਾ ਦੁੱਖ ਕਸ਼ਟ ਚਲਿਆ ਜਾਂਦਾ ਹੈ, ਜਿਸ ਕਰਕੇ ਜੀਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਜਿਨ੍ਹਾਂ ਨੇ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਸੱਚ ਸਰੂਪ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਸੰਤੋਖੀ ਈ। ਇਸ ਪਾਵਨ ਸ਼ਬਦ ਨੂੰ ਇਸ ਤਰ੍ਹਾਂ ਪੜ੍ਹਨਾ ਹੈ, ਈੜੀ ਨੂੰ ਬਿਹਾਰੀ ਨਾਲ ਬਿੰਦੀ ਲੱਗੀ ਹੈ ਨੱਕ 'ਚ ਬੋਲਣਾ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਸੋ ਜਿਨੀ ਦੇ ਨੰਨੇ ਦੇ ਪੈਰ 'ਚ ਹਲੰਤ ਲੱਗੀ ਆ, ਥੋੜ੍ਹਾ ਜਿਹਾ ਭਾਰਾ ਬੋਲਣਾ, ਜਿਨੀ ਨਹੀਂ ਬੋਲਣਾ, ਜਿਨੀ। ਸੋ ਪਾਤਸ਼ਾਹ ਫਰਮਾਉਂਦੇ ਆ, ਸੰਤੋਸ਼ੀ ਪੁਰਸ਼ਾਂ ਨੇ ਪਰਮੇਸ਼ਰ ਦੀ ਭਾਉ ਭਗਤੀ ਰੂਪ ਸੇਵ ਟਹਿਲ ਕੀਤੀ ਹੈ ਅਤੇ ਸਰੀਰ ਕਰਕੇ ਹੱਥਾਂ ਪੈਰਾਂ ਨਾਲ ਪ੍ਰਤੱਖ ਸੰਗਤ ਦੀ ਸੇਵਾ ਕਰਨਾ ਕੀਤੀ ਹੈ। ਓਨੀ ਮੰਦੈ ਪੈਰ ਨ ਰੱਖਿਓ, ਕਰ ਸੋ ਕ੍ਰਿਤ ਧਰਮ ਕਮਾਇਆ। ਸੋ ਇੱਥੇ ਵੀ ਓਨੀ ਭਾਰਾ ਹੈ ਕੱਸ ਕੇ ਬੋਲਣਾ, ਕਿਉਂਕਿ ਓਨੀ ਦੇ ਨੰਨੇ ਨੂੰ ਪੈਰ 'ਚ ਹਲੰਤ ਹੈ। ਉਹਨਾਂ ਗੁਰਮੁੱਖਾਂ ਨੇ ਮੰਦੇ ਵਿਕਾਰ ਵਾਲੇ ਸੁਭਾਅ ਵਿੱਚ ਮਨ ਦਾ ਸੰਕਲਪ ਰੂਪੀ ਪੈਰ ਨਹੀਂ ਰੱਖਿਆ। ਉਹਨਾਂ ਨੇ ਤਾਂ ਧਰਮ ਦੀ ਕਮਾਈ ਕਰਕੇ ਸੁਕ੍ਰਿਤ ਪੁੰਨਾਂ ਵਾਲੀ ਕਿਰਤ ਨੂੰ ਕਮਾਇਆ, ਭਾਵ ਕਹੀਏ ਕਮਾਉਣਾ ਕੀਤਾ ਹੈ। ਓਨੀ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਇਆ। ਓਨੀ ਫਿਰ ਕੱਸ ਕੇ ਹੈ, ਪੈਰ 'ਚ ਹਲੰਤ ਹੈ। ਉਹਨਾਂ ਗੁਰਮੁਖ ਜਨਾਂ ਨੇ ਦੁਨਿਆਵੀ ਦੁਨੀਆ ਮਾਇਆ ਦੇ ਕਰਤਾ ਭੋਗਤਾ ਪੁਣੇ ਹੰਗਤਾ ਮਮਤਾ ਪੁਣੇ ਦੇ ਸਾਰੇ ਬੰਧਨਾਂ ਜੰਜਾਲ ਤੋੜ ਭਾਵ ਭੰਨ ਦਿੱਤੇ ਆ ਅਤੇ ਉਹਨਾਂ ਨੇ ਪਾਣੀ ਜਲ ਅਤੇ ਅੰਨ ਅਨਾਜ ਭਾਵ ਖਾਣ ਯੋਗ ਪਦਾਰਥ ਘੱਟ ਖਾਇਆ ਖਾਣਾ ਕੀਤੇ ਆ, ਭਾਵ ਸੰਜਮ ਨਾਲ ਖਾਣਾ ਪੀਣਾ ਕੀਤਾ ਹੈ, ਕਿਉਂਕਿ ਸਾਧਨ ਕਰਨ ਵਾਲੇ ਗੁਰਮੁਖਾਂ ਵਿੱਚ ਇਹ ਗੁਣ ਹੁੰਦੇ ਆ। ਕਿਉਂਕਿ ਉਹਨਾਂ 'ਚ ਗੁਣ ਕੀ ਹੁੰਦਾ? ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਗ੍ਰੰਥ ਵਿੱਚ ਪਾਵਨ ਅੰਗ 709 'ਤੇ ਫਰਮਾਉਂਦੇ ਆ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਤੂੰ ਬਖਸੀ ਸੀ ਅਗਲਾ, ਨਿਤ ਦੇਵਹਿ ਚੜ੍ਹੈ ਸਵਾਇਆ। ਹੇ ਵਾਹਿਗੁਰੂ, ਤੁਸੀਂ ਅਗਲਾ ਤੋਂ ਭਾਵ ਹੁੰਦਾ ਪਹਿਲਾਂ ਤੋਂ, ਭਾਵ ਅਨਾਦ ਕਾਲ ਤੋਂ ਲੈ ਕੇ ਜੀਵਾਂ ਨੂੰ ਬਖਸ਼ਿਸ਼ਾਂ ਕਰਨ ਵਾਲੇ ਹੋ, ਆਪ ਜੀ ਦਾਨ ਦਿੰਦੇ ਹੋ। ਅਸੀਂ ਜੀ ਆਪ ਜੀ ਦਾ ਦਿੱਤਾ ਹੋਇਆ ਦਾਨ ਨਿਤਾ ਪ੍ਰਤੀ ਸਵਾਇਆ ਬਹੁਤਾ, ਭਾਵ ਦੂਣਾ ਚੌਣਾ ਵੱਧਦਾ ਹੈ, ਭਾਵ ਕਿਸੇ ਪ੍ਰਕਾਰ ਘਟਦਾ ਨਹੀਂ। ਹੇ ਵਾਹਿਗੁਰੂ ਜੀ, ਤੁਸੀਂ ਅਗਲਾ ਤੋਂ ਭਾਵ ਪਹਿਲਾ, ਭਾਵ ਅਨਾਦ ਕਾਲ ਤੋਂ ਲੈ ਕੇ
अपने भगतों नूं नाम दियां ब्रह्म ज्ञान दियां भाव भगती दियां बख्शिशां देण वाले हो, जिन्हां नूं ऐसा दान दिंदे हो उन्हां नूं हमेशा पहली दूजी तीजी चौथी पंजवीं छेवीं सत्तवीं भूमिका रूप चित्त की एकाग्रता रूप सवाया बहुता आनंद चढ़दा भाव वधदा जांदा है। अते वड़े आई वड़ा पाया, हे परमेश्वर जी, उन्हां संतोखी पुरखा ने तेरे नाम की वड्याई महिमा करके भाव गुण गा के तेरे वड़े सरूप नूं पौना कीता है। जिन्हां ने तेरे वड़े सरूप नूं पौना कीता है उन्हां ने ब्रह्म ज्ञान द्वारा तेरे विच अभेद हुण रूप वड्याई शोभा पाई है। वाहे गुरु 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 वाहिगुरु जी का खालसा वाहिगुरु जी की फतेह।